केपीडी न्यूज हक सच और इंसाफ की आवाज। लोक जनशक्ति पार्टी ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਲਾਲ ਲਕੀਰ ਖਤਮ ਕਰੋ ਅੰਦੋਲਨ ਦੇ ਤਹਿਤ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਸੰਘਰਸ਼ ਮਾਰਚ ਕੱਢਿਆ ਗਿਆ। ਸਰਦਾਰ ਕਿਰਨਜੀਤ ਸਿੰਘ ਗੈਰੀ ਲੋਕ ਜਨਸ਼ਕਤੀ ਪਾਰਟੀ ਪੰਜਾਬ ਪ੍ਰਧਾਨ ਅਤੇ ਪ੍ਰੇਮ ਸਿੰਘ ਸਫਰੀ ਲੋਕ ਜਨਸ਼ਕਤੀ ਪਾਰਟੀ ਪੰਜਾਬ ਯੂਥ ਪ੍ਰਧਾਨ ਦੀ ਅਗਵਾਈ ਹੇਠ ਪਿੰਡਾਂ ਸ਼ਹਿਰਾਂ ਦੇ ਵਰਕਰਾਂ ਅਤੇ ਪ੍ਰਧਾਨਾਂ ਆਦਿ ਨੇ ਇਸ ਸੰਘਰਸ਼ ਵਿੱਚ ਭਾਗ ਲਿਆ। ਪਾਰਟੀ ਦੇ ਵੱਖ-ਵੱਖ ਬੁਲਾਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੀ ਮੁੱਖ ਮੰਗ ਪਿੰਡ ਅਤੇ ਸ਼ਹਿਰਾਂ ਵਿੱਚ ਲਾਲ ਲਕੀਰ ਖਤਮ ਕਰਕੇ ਲੋਕਾਂ ਨੂੰ ਘਰਾਂ ਅਤੇ ਜਾਇਦਾਦਾਂ ਦੇ ਮਾਲਕ ਬਣਾ ਕੇ ਰਜਿਸਟਰੀ ਕਰਕੇ ਮਾਲ ਰਿਕਾਰਡ ਮਾਲਕ ਬਣਾਇਆ ਜਾਵੇ। ਇਸ ਜਾਇਜ਼ ਮੰਗ ਨੂੰ ਸਮੇਂ ਦੀ ਸਰਕਾਰ ਜਲਦ ਤੋਂ ਜਲਦ ਪੂਰਾ ਕਰੇ, ਨਹੀਂ ਤਾਂ ਆਉਣ ਵਾਲੀਆਂ MP ਇਲੈਕਸ਼ਨਾਂ ਵਿੱਚ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਇਹਦਾ ਕੀ ਮਕਸਦ ਹੈ? ਮੈਂ ਕਿਰਨਜੀਤ ਸਿੰਘ ਗਹਿਰੀ, ਪ੍ਰਧਾਨ ਲੋਕ ਜਨਸ਼ਕਤੀ ਪਾਰਟੀ ਪੰਜਾਬ ਪ੍ਰਦੇਸ਼। ਲੋਕ ਜਨਸ਼ਕਤੀ ਪਾਰਟੀ ਤੋਂ ਪਿਛਲੇ 11 ਸਾਲਾਂ ਤੋਂ ਲਾਲ ਲਕੀਰ ਨੂੰ ਖਤਮ ਕਰਕੇ ਲੋਕਾਂ ਨੂੰ ਘਰਾਂ ਦੇ ਮਾਲਕ ਬਣਾਉਣ ਲਈ ਇੱਕ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸ ਅੰਦੋਲਨ ਦੇ ਕਈ ਪੜਾਅ ਹੋਏ। 11 ਸਾਲਾਂ ਦੇ ਦੌਰਾਨ ਲੋਕ ਜਨਸ਼ਕਤੀ ਪਾਰਟੀ ਵੱਲੋਂ ਚੰਡੀਗੜ੍ਹ ਦੇ ਵਿੱਚ ਭੁੱਖ ਹੜਤਾਲ, ਸਾਈਕਲ ਮਾਰਚ, ਮੋਟਰਸਾਈਕਲ ਮਾਰਚ, ਅਨੇਕਾਂ ਵਾਰ ਗ੍ਰਿਫਤਾਰੀਆਂ, ਬਹੁਤ ਸਾਰਾ ਮਤਲਬ ਅੰਦੋਲਨ ਜਿਹੜਾ ਹੈ ਚੱਲਿਆ। ਤੋਂ 30 ਦਸੰਬਰ 2016 ਨੂੰ ਪੰਜਾਬ ਦੀ ਪਿਛਲੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਸੀ, ਜਿਹਦੇ ਵਿੱਚ ਲਾਲ ਲਕੀਰ ਨੂੰ ਖਤਮ ਕਰਕੇ ਲੋਕਾਂ ਨੂੰ ਘਰਾਂ ਦੇ ਮਾਲਕ ਬਣਾਉਣ ਦਾ ਜਿਹੜਾ ਨੋਟੀਫਿਕੇਸ਼ਨ ਸੀਗਾ। ਉਦੋਂ ਬਾਅਦ ਚੋਣਾਂ ਹੋਣ ਤੋਂ ਬਾਅਦ ਸਰਕਾਰ ਬਦਲ ਗਈ ਅਤੇ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਆ ਗਈ। ਤੋਂ ਮੈਂ ਇਸ ਮਾਮਲੇ ਨੂੰ ਲੈ ਕੇ, ਲਾਲ ਲਕੀਰ ਨੂੰ ਖਤਮ ਕਰਾਉਣ ਨੂੰ ਲੈ ਕੇ ਰਾਜਪਾਲ ਪੰਜਾਬ ਨੂੰ 2 ਵਾਰ ਮਿਲ ਚੁੱਕਿਆ। ਹੁਣ ਵੀ ਅਸੀਂ ਮੁੱਖ ਮੰਤਰੀ ਤੋਂ ਅਤੇ ਰਾਜਪਾਲ ਪੰਜਾਬ ਤੋਂ ਜਿਹੜਾ ਹੈਗਾ ਉਹ ਟਾਈਮ ਮੰਗਿਆ ਹੋਇਆ। ਇਸ ਗੱਲ ਨੂੰ ਲੈ ਕੇ ਲੋਕ ਜਨਸ਼ਕਤੀ ਪਾਰਟੀ ਨੇ ਇਹ ਫੈਸਲਾ ਲਿਆ ਕਿ ਪੰਜਾਬ ਦੀ ਸਰਕਾਰ ਜਿਹੜੀ ਉਸ ਫਾਈਲ ਨੂੰ ਦੱਬ ਕੇ ਬੈਠੀ ਹੈ, ਕਿਉਂਕਿ ਮੈਂ ਸਮਝਦਾ 70 ਸਾਲ ਹੋ ਗਏ, ਦੇਸ਼ ਆਜ਼ਾਦ ਹੋਏ ਨੂੰ 70 ਸਾਲ ਤੋਂ ਵੱਧ ਦਾ ਸਮਾਂ ਹੋਣ ਦੇ ਬਾਵਜੂਦ ਵੀ ਕਿਸੇ ਵੀ ਸ਼ਰਮਾਏਦਾਰ ਪਾਰਟੀ ਨੇ ਇੱਕ ਦੂਜੀ ਪਾਰਟੀ ਉੱਪਰ ਦੂਸ਼ਣਬਾਜ਼ੀ ਕਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਕੀਤਾ। ਲਾਲ ਲਕੀਰ ਨੂੰ ਖਤਮ ਕਰਨਾ ਇਸ ਕਰਕੇ ਅਤੀ ਜ਼ਰੂਰੀ ਹੈ ਕਿਉਂਕਿ ਲਾਲ ਲਕੀਰ ਦੇ ਅੰਦਰ ਰਹਿੰਦੇ ਜਿਹੜੇ ਲੋਕ ਹੈ ਉਹਨਾਂ ਦੇ ਕੋਲ ਮਕਾਨਾਂ ਦੀ ਰਜਿਸਟਰੀ ਨਹੀਂ ਹੈ। ਰਜਿਸਟਰੀਆਂ ਨਾ ਹੋਣ ਕਰਕੇ ਨਾ ਕੋਈ ਉਹ ਜ਼ਮਾਨਤ ਕਰਵਾ ਸਕਦੇ ਹੈ, ਨਾ ਕੋਈ ਉਹ ਲੋਨ ਲੈ ਸਕਦੇ ਹੈ, ਨਾ ਕੋਈ ਹੋਰ ਸਹੂਲਤਾਂ ਲੈ ਸਕਦੇ ਹੈ। ਟੱਪਰੀ ਬਾਸਾਂ ਦੀ ਤਰ੍ਹਾਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਇੱਥੇ ਬਤੀਤ ਕਰ ਰਹੇ ਹੈ। ਇਸ ਕਰਕੇ ਲੋਕ ਜਨਸ਼ਕਤੀ ਪਾਰਟੀ ਨੇ ਇਹ ਮਹਿਸੂਸ ਕੀਤਾ। 30 ਅਗਸਤ ਨੂੰ ਚਿਰਾਗ ਪਾਸਵਾਨ ਲੋਕ ਜਨਸ਼ਕਤੀ ਪਾਰਟੀ ਦੇ ਮੈਂਬਰ ਪਾਰਲੀਮੈਂਟ। ਦੇਸ਼ ਵਿਦੇਸ਼ ਔਰ ਆਪਣੇ ਸ਼ਹਿਰ ਕੀ ਲੋਕਲ ਖਬਰ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਜ਼ਰੂਰ ਕਰੇ ਔਰ ਘੰਟੀ ਕੇ ਬਟਨ ਕੋ ਜ਼ਰੂਰ ਦਬਾਏ। ਆਪਕਾ ਮਨਪਸੰਦ ਨਿਊਜ਼ ਚੈਨਲ KPD ਨਿਊਜ਼, ਹੱਕ ਸੱਚ ਔਰ ਇਨਸਾਫ ਕੀ ਆਵਾਜ਼ ਆਪਕੋ ਰੱਖੇ ਸਭ ਸੇ ਆਗੇ।